ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲੇ ਪੂਰੀ ਦੁਨੀਆ ਵਿੱਚ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸੇ ਦੇ ਚਲਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਸਿਵਲ ਹਸਪਤਾਲ ਦਾ ਨਿਰੀਖਣ ਕੀਤਾ ਗਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਹਰ ਪ੍ਰਕਾਰ ਦੇ ਅਗਾਊ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ। ਇਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਾਫ਼ ਸਫ਼ਾਈ ਰੱਖਣ ਦੀਆਂ ਹਿਦਾਇਤਾਂ ਵੀ ਜਾਰੀ ਕੀਤੀਆਂ। ਸਾਰੇ ਜਾਣਦੇ ਨੇ ਕਿ ਇਸ ਵੇਲੇ ਪੂਰੇ ਵਰਲਡ ਦੇ ਵਿੱਚ ਕੋਰੋਨਾ ਵਾਇਰਸ ਕਰਕੇ ਕਾਫੀ ਸਤਰਕਤਾ ਜਿਹੜੀ ਹੈਗੀ ਉਹ ਵਰਤੀ ਜਾ ਰਹੀ ਹੈਗੀ। ਲਗਾਤਾਰ ਗੌਰਮੈਂਟ ਵੱਲੋਂ ਐਡਵਾਈਜ਼ਰੀ ਅਤੇ ਡਾਇਰੈਕਸ਼ਨ ਜਿਹੜੀਆਂ ਹੈਗੀਆਂ ਉਹ ਆ ਰਹੀਆਂ ਨੇ, ਤਾਂ ਇਹ ਐਡਵਾਈਜ਼ਰੀ ਕਿਸ ਤਰੀਕੇ ਨਾਲ ਇੰਪਲੀਮੈਂਟ ਹੋ ਰਹੀ ਹੈ, ਕਿਉਂਕਿ ਇਸ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕਰਨ ਵਾਲੀਆਂ ਹੈਗੀਆਂ, ਕੁਛ ਗੌਰਮੈਂਟ ਪੱਧਰ 'ਤੇ ਕਰਨ ਵਾਲੀਆਂ ਹੈਗੀਆਂ, ਕੁਛ ਆਮ ਪਬਲਿਕ ਵੱਲੋਂ ਵੀ ਕੀਤੀਆਂ ਜਾਣੀਆਂ ਹੈਗੀਆਂ। ਤਾਂ ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ 'ਤੇ ਕਿਸ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾ ਰਿਹਾ, ਕਿਸ ਤਰ੍ਹਾਂ ਇਨਫੋਰਸ ਕੀਤਾ ਜਾ ਰਿਹਾ, ਉਹਦੇ ਵਾਸਤੇ ਅਸੀਂ ਅੱਜ ਸਾਰੇ ਅਫਸਰਾਂ ਨੂੰ ਹਿਦਾਇਤ ਦਿੱਤੀ ਹੋਈ ਹੈ ਕਿ ਪੂਰੇ ਡਿਸਟ੍ਰਿਕਟ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਜਾਣ, ਇਨਫੋਰਸਮੈਂਟ ਵੀ ਚੈੱਕ ਕਰਨ, ਲੋਕਾਂ ਵੱਲੋਂ ਕੀ ਇਤਿਹਾਤ ਵਰਤੀਆਂ ਜਾ ਰਹੀਆਂ ਉਹ ਵੀ ਚੈੱਕ ਕਰਨ, ਔਰ ਜਿਸ ਤਰ੍ਹਾਂ ਗੌਰਮੈਂਟ ਵੱਲੋਂ ਇੰਸਟਰਕਸ਼ਨ ਆ ਰਹੀਆਂ ਉਹਨਾਂ ਦੀ ਇਨਵਿਨ ਪਾਲਣਾ ਕੀਤੀ ਜਾ ਸਕੇ। ਤਾਂ ਅੱਜ ਅਸੀਂ ਇਸ ਵੇਲੇ ਸਭ ਤੋਂ ਪਹਿਲਾਂ ਸਿਵਲ ਹੋਸਪਿਟਲ 'ਚ ਆਏ ਨੇ, ਜਿੱਥੇ ਅਸੀਂ ਆਈਸੋਲੇਸ਼ਨ ਵਾਰਡਸ ਵਗੈਰਾ ਬਣਾਏ ਹੋਏ ਨੇ, ਉਹਨਾਂ ਨੂੰ ਮੈਨੇ ਜਸਟ ਅਭੀ ਚੈੱਕ ਕੀਤਾ ਹੈਗਾ। ਇਸ ਤੋਂ ਬਾਅਦ ਹੋਰ ਵੀ ਥਾਵਾਂ ਜਿਹੜੀਆਂ ਹੈਗੀਆਂ ਉੱਥੇ ਅਸੀਂ ਜਾਵਾਂਗੇ, ਚੈੱਕ ਕਰਾਂਗੇ ਕਿ ਲੋਕਾਂ ਨੂੰ ਜੋ ਹਿਦਾਇਤਾਂ ਅਸੀਂ ਦੇ ਰਹੇ ਨੇ ਉਹ ਡਿਪਾਰਟਮੈਂਟ ਵੱਲੋਂ ਅਪਣਾਈਆਂ ਜਾ ਰਹੀਆਂ ਆ ਨਹੀਂ ਅਪਣਾਈਆਂ। ਸਿਵਲ ਹੋਸਪਿਟਲ ਵੱਲੋਂ ਇੱਕ ਕੰਟਰੈਕਟ ਜਿਹੜਾ ਹੈਗਾ ਉਹ ਸਫਾਈ ਵਾਸਤੇ ਦਿੱਤਾ ਹੋਇਆ, ਲਗਾਤਾਰ ਇਹ ਵੀ ਚੈੱਕ ਕਰ ਰਹੇ ਨੇ। ਮੈਨੂੰ ਦੱਸਿਆ ਹੈਗਾ ਕਿ ਡਾਕਟਰ ਸਾਹਿਬ ਨੇ ਕਿ ਹਰ 2 ਘੰਟੇ ਬਾਅਦ ਅਸੀਂ ਵਾਸ਼ਰੂਮਸ ਵਗੈਰਾ ਜਿਹੜੇ ਹੈਗੇ ਉਹਨਾਂ ਦੀ ਸਫਾਈਆਂ ਵਗੈਰਾ ਕਰਵਾ ਰਹੇ ਨੇ। ਕੁਛ ਇਹਨਾਂ ਦੀ ਸੀਵਰੇਜ ਦੀ ਇੱਕ ਪ੍ਰੋਬਲਮ ਹੈਗੀ ਜਿਹੜੀ ਇਹਨਾਂ ਨੇ ਮੈਨੂੰ ਹੁਣ ਦੱਸੀ ਹੈਗੀ, ਵੀ ਵਿਲ ਟੇਕ ਅਪ ਦ ਮੈਟਰ ਵਿਦ ਸਟੇਟ ਗਵਰਨਮੈਂਟ। ਅਦਰਵਾਈਜ਼ ਸਾਫ਼ ਸਫਾਈ ਜਿਹੜੀ ਹੈਗੀ ਉਹ ਚੱਲ ਰਹੀ ਹੈਗੀ, ਕਰ ਰਹੇ ਨੇ। ਇਹਨਾਂ ਨੂੰ ਹਿਦਾਇਤ ਦਿੱਤੀ ਹੈ ਕਿ 100% ਸਾਫ਼ ਸਫਾਈ ਜਿਹੜੀ ਹੈਗੀ ਉਹ ਬਰਕਰਾਰ ਰਹੇ, ਹਰ ਇੱਕ ਵਾਸ਼ਰੂਮ ਜਿਹੜਾ ਹੈਗਾ ਉਹ ਉਹਦੇ ਵਿੱਚ ਪ੍ਰੋਪਰ ਪਾਣੀ ਆਉਣਾ ਚਾਹੀਦਾ ਹੈ, ਸੋਪਸ ਵਗੈਰਾ ਜਿਹੜੇ ਹੈਗੇ ਉਹ ਰੱਖੇ ਹੋਣੇ ਚਾਹੀਦੇ ਨੇ, ਕਿਉਂਕਿ ਇਹਦੇ ਵਿੱਚ ਮੇਨ ਜਿਹੜਾ ਹੈਗਾ ਉਹ ਹੈਗਾ ਕਿ ਲਗਾਤਾਰ ਲੋਕ ਜਿਹੜੇ ਹੈਗੇ ਆਪਣੇ ਆਪ ਨੂੰ ਆਪਣੀ ਹਾਈਜੀਨ ਨੂੰ ਮੇਨਟੇਨ ਰੱਖਣ ਔਰ ਆਪਣੇ ਹੱਥ ਜਿਹੜੇ ਹੈਗੇ ਲਗਾਤਾਰ ਧੁੰਦੇ ਰਹਿਣ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਸਪਸ਼ਟ ਕਰਦਿਆਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹਾਲੇ ਤੱਕ 11 ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 10 ਨਮੂਨਿਆਂ ਦੇ ਨਤੀਜੇ ਨੈਗੇਟਿਵ ਆਏ ਹਨ, ਜਦਕਿ 1 ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। ਦੇ ਵਿੱਚ ਹੈਲਥ ਡਿਪਾਰਟਮੈਂਟ ਜਿਹੜਾ ਹੈਗਾ ਉਹ ਦਿੱਲੀ ਤੱਕ ਕੇਸ ਦੀ ਹਿਸਟਰੀ ਦੱਸਦਾ ਹੈ, ਔਰ ਦਿੱਲੀ ਤੋਂ ਫਿਰ ਕਨਫਰਮੇਸ਼ਨ ਲੈਣ ਤੋਂ ਬਾਅਦ ਫਿਰ ਉਸਦੀ ਸੈਂਪਲਿੰਗ ਜਿਹੜੀ ਹੈਗੀ ਉਹ ਕਰਾਈ ਜਾਂਦੀ ਹੈ। ਜਦ ਕਿਸੇ ਬੰਦੇ ਦੀ ਸੈਂਪਲਿੰਗ ਹੋ ਜਾਂਦੀ ਹੈ ਇਹਦਾ ਮਤਲਬ ਹੈ ਕਿ ਦੈਟ ਕੇਸ ਵਾਜ ਅ ਸਸਪੈਕਟਿਡ ਕੇਸ। ਜੇ ਬੰਦੇ ਨੇ ਖਾ ਕਰ ਲਿਆ ਜਾਂ ਹੋਸਪਿਟਲ ਦੇ ਵਿੱਚ ਚਲਾ ਗਿਆ, ਡਾਕਟਰ ਨੂੰ ਦਿਖਾ ਆਇਆ ਜਾਂ ਕਿਸੇ ਡਾਕਟਰ ਦੇ ਕੋਲ ਜਾ ਕੇ ਦੱਸਿਆ ਕਿ ਜੀ ਮੈਨੂੰ ਬੁਖਾਰ ਹੈਗਾ, ਉਹ ਸਸਪੈਕਟਿਡ ਕੇਸ ਹੋ ਗਿਆ? ਨਹੀਂ। ਇਟ ਸ਼ੁੱਡ ਬੀ ਮੇਡ ਵੈਰੀ ਕਲੀਅਰ ਇਨ ਯੋਰ ਮਾਇੰਡ ਕਿ ਸਸਪੈਕਟਿਡ ਕੇਸ ਉਹ ਹੁੰਦਾ ਹੈ ਜਿਸ ਦਾ ਕਿ ਅਸੀਂ ਸੈਂਪਲ ਲੈ ਲੈਂਦੇ ਹਾਂ। ਹਾਂਜੀ ਡਾਕਟਰ ਸਾਹਿਬ। ਜੀ ਸਰ, ਟਿਲ ਨਾਓ ਇਨ ਲੁਧਿਆਣਾ 11 ਸੈਂਪਲਸ ਹੈਵ ਬੀਨ ਕਲੈਕਟਿਡ। 11 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਹੋਏ ਨੇ, ਯਾਨੀ ਕਿ ਸਾਡੇ ਕੋਲ ਹੁਣ ਤੱਕ 11 ਸਸਪੈਕਟਿਡ ਕੇਸਿਸ ਜਿਹੜੇ ਸੀਗੇ ਉਹ ਆਏ ਸੀਗੇ। ਕੱਲ੍ਹ ਸ਼ਾਮ ਤੱਕ 10 ਦੀ ਰਿਪੋਰਟਾਂ ਜਿਹੜੀਆਂ ਸੀਗੀਆਂ ਪ੍ਰਾਪਤ ਹੋ ਚੁੱਕੀਆਂ ਸੀਗੀਆਂ, ਜਿਹੜੀ ਕਿ ਸਾਨੂੰ ਨੈਗੇਟਿਵ ਮਿਲੀਆਂ ਸੀਗੀਆਂ। 1 ਦੀ ਰਿਪੋਰਟ ਜਿਹੜੀ ਹੈਗੀ ਉਹ ਹਾਲੇ ਵੀ ਪੈਂਡਿੰਗ ਹੈ, ਜਦ ਵੀ ਸਾਡੇ ਕੋਲ ਆ ਜਾਊਗੀ ਵੀ ਵਿਲ ਸ਼ੇਅਰ ਵਿਦ ਯੂ।